ਸਤਿ ਸ਼੍ਰੀ ਅਕਾਲ ਦੋਸਤੋ, ਫਾਸਟਵੇ ਦੀ ਪੇਸ਼ਕਸ਼ ਸਾਂਭ ਸੰਭਾਲ ਅੰਮ੍ਰਿਤਸਰ ਸ਼ਹਿਰ ਦੀ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਜਿਵੇਂ ਪਿਛਲੇ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ, ਸਾਡਾ ਇੱਕ ਉੱਦਮ, ਇੱਕ ਉਪਰਾਲਾ, ਬੜੇ ਸੋਹਣੇ ਸ਼ਹਿਰ ਦੇ ਅਸੀਂ ਵਾਸੀ ਹਾਂ, ਬੜੇ ਪਿਆਰੇ ਸ਼ਹਿਰ ਦੇ ਵਾਸੀ ਹਾਂ, ਆਓ ਇਸ ਦੀ ਸਾਂਭ ਸੰਭਾਲ ਕਰੀਏ। ਅੱਜ ਦੇ ਜਿਹੜਾ ਸਾਡਾ ਸਬਜੈਕਟ ਹੈ, ਅਸੀਂ ਉਹ ਚੁਣਿਆ ਵੀ ਅਵੇਅਰ ਹੋਈਏ, ਕਿਉਂਕਿ ਮੈਡੀਕਲ ਸੈਕਟਰ ਦੀ ਗੱਲ ਕਰੀਏ, ਜਦੋਂ ਸਾਨੂੰ ਕੋਈ ਬਿਮਾਰੀ ਘੇਰ ਲੈਂਦੀ ਹੈ, ਜਦੋਂ ਸਾਡੇ 'ਤੇ ਅਟੈਕ ਹੋ ਜਾਂਦਾ, ਫਿਰ ਅਸੀਂ ਬੜੀ ਜਲਦੀ ਡਾਕਟਰ ਲੱਭਣੇ ਹਾਂ। ਲੋੜ ਹੈ ਸਮੇਂ ਸਿਰ ਆਪਣੀ ਸਾਂਭ ਸੰਭਾਲ ਕਰੀਏ। ਅੱਜ ਅਸੀਂ ਅੰਮ੍ਰਿਤਸਰ ਸ਼ਹਿਰ ਦੀ ਸਾਂਭ ਸੰਭਾਲ ਦੇ ਇਸ ਪ੍ਰੋਗਰਾਮ ਸਾਂਭ ਸੰਭਾਲ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ, ਆਪਣੀ ਸਾਂਭ ਸੰਭਾਲ ਬਾਰੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਮਹਿਮਾਨ ਮੌਜੂਦ ਹਨ, ਡਾਕਟਰ ਜਤਿੰਦਰ ਮਲਹੋਤਰਾ, ਜੋ ਕਿ ਆਪ ਜੀ ਭਲੀਭਾਂਤ ਜਾਣੂ ਹੋ, ਬੜੇ ਮੈਡੀਕਲ ਸੇਵਾਵਾਂ ਕਰ ਰਹੇ ਹਨ, ਔਰ ਕਾਰਪੋਰੇਟ ਹੋਸਪਿਟਲ ਜਿਹੜਾ ਕਿ ਬਟਾਲਾ ਰੋਡ 'ਤੇ ਬੜੀਆਂ ਮੈਡੀਕਲ ਸੁਵਿਧਾਵਾਂ ਦੇ ਰਿਹਾ, ਅਤੇ ਆਧੁਨਿਕ ਸੁਵਿਧਾਵਾਂ ਲੋਕਾਂ ਨੂੰ ਦੇ ਰਹੇ ਹਨ। ਡਾਕਟਰ ਸਾਹਿਬ ਜੀ ਆਇਆਂ ਨੂੰ ਜੀ, ਥੈਂਕ ਯੂ। ਉਹਦੇ ਨਾਲ ਹੀ ਸਾਡੇ ਕੋਲ ਹਨ ਗਿੱਲ ਪੈਥ ਲੈਬ ਦੇ ਡਾਕਟਰ ਕਰਮਜੀਤ ਸਿੰਘ ਗਿੱਲ, ਜਿਨ੍ਹਾਂ ਬਾਰੇ ਤੁਸੀਂ ਭਲੀਭਾਂਤ ਜਾਣੂ ਹੋ। ਅਸੀਂ ਕੰਬੀਨੇਸ਼ਨ ਇਸ ਕਰਕੇ ਬਣਾਇਆ ਕਿਉਂਕਿ ਇੱਕ ਆਮ ਗੱਲ ਮੰਨੀ ਜਾਂਦੀ ਹੈ ਵੀ ਸਹੀ ਟੈਸਟ ਤਾਂ ਹੀ ਸਹੀ ਇਲਾਜ, ਤਾਂ ਅੱਜ ਗੱਲਬਾਤ ਕਰਾਂਗੇ ਖਾਸ ਕਰਕੇ ਠੰਡ ਦੀ ਰੁੱਤ ਦੀ, ਔਰ ਉਸ ਦੇ ਨਾਲ ਹੀ ਗੱਲਬਾਤ ਕਰਾਂਗੇ ਸਿਹਤ ਦੀ ਸਾਂਭ ਸੰਭਾਲ ਦੀ, ਔਰ ਨਾਲ ਹੀ ਅਸੀਂ ਤੁਹਾਡੇ ਲਈ ਇੱਕ ਸੁਨੇਹਾ ਦਾਂਗੇ, ਜਿਹੜੇ ਲੋਕ ਅਸੀਂ ਨਹੀਂ ਜਾਗਰੂਕ, ਖਾਣ ਪੀਣ ਲੱਗਿਆਂ ਅਸੀਂ ਨਹੀਂ ਸੋਚਦੇ, ਪਰਵਾਹ ਨਹੀਂ ਕਰਦੇ ਪੈਸੇ ਦੀ, ਪਰ ਜਿਸ ਵੇਲੇ ਮੈਡੀਕਲ ਇੰਸ਼ੋਰੈਂਸ ਜਾਂ ਟੈਸਟ ਹੁੰਦੇ ਆ ਜਾਂ ਆਪਣਾ ਫਿਜ਼ੀਕਲ ਚੈੱਕਅਪ ਕਰਵਾਉਣਾ ਹੁੰਦਾ, ਉਸ ਲਈ ਕੁਰੇਜ਼ ਕਰ ਜਾਂਦੇ ਹਾਂ, ਜਿਹੜਾ ਕਿ ਸਾਡੇ ਲਈ ਚੰਗਾ ਨਹੀਂ ਹੁੰਦਾ, ਉਹ ਬਾਅਦ ਦੇ ਵਿੱਚ ਪਰਿਵਾਰ ਨੂੰ ਵੀ ਸਫ਼ਰ ਕਰਨਾ ਪੈਂਦਾ। ਤਾਂ ਆਓ ਗੱਲਬਾਤ ਅੱਜ ਦੀ ਸ਼ੁਰੂ ਕਰੀਏ। ਡਾਕਟਰ ਸਾਹਿਬ, ਕਿੰਨਾ ਕੁ ਲੋਕ ਅਵੇਅਰ ਹੋਏ ਹਨ ਆਪਣੀ ਸਿਹਤ ਦੀ ਸਾਂਭ ਸੰਭਾਲ ਲਈ, ਔਰ ਮੈਡੀਕਲ ਜਿਹੜੀ ਇੰਸ਼ੋਰੈਂਸ ਹੈ ਉਹਦੇ ਬਾਰੇ ਕਿੰਨਾ ਜਾਗਰੂਕ ਹੋਏ? ਜਿੱਦਾਂ ਅਸੀਂ ਪਿਛਲੇ  20 ਸਾਲ ਤੋਂ ਦੇਖ ਲਏ, ਜਦੋਂ ਦੇ ਅਸੀਂ ਪ੍ਰੈਕਟਿਸ 'ਤੇ ਆਏ ਹਾਂ, ਪਿਛਲੇ 10 ਸਾਲ, ਪਹਿਲੇ 10 ਸਾਲਾਂ 'ਚ ਤਾਂ ਬਿਲਕੁਲ ਅਵੇਅਰਨੈਸ ਨਹੀਂ ਸੀ, ਪਰ ਇਹ ਪਿਛਲੇ 10 ਸਾਲਾਂ 'ਚ ਕੁਛ ਅਵੇਅਰਨੈਸ ਆਈ ਹੈ, ਜਿਹਦੇ 'ਚ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਵੱਲ ਲੋਕਾਂ ਦਾ ਧਿਆਨ ਗਿਆ ਹੈ ਕਿ ਅਗਰ ਸਾਲ ਦੀ ਇੰਸ਼ੋਰੈਂਸ 15-17 ਹਜ਼ਾਰ ਰੁਪਇਆ ਪ੍ਰੀਮੀਅਮ ਦੇ ਕੇ ਕਰਾ ਲਈਏ, ਤਾਂ ਪੂਰਾ ਸਾਲ ਤੁਸੀਂ ਆਰਾਮ ਨਾਲ ਉਹਦੇ ਨਾਲ ਤੁਸੀਂ ਆਪਣੀ ਸਿਹਤ ਦਾ ਖਿਆਲ ਕਰ ਸਕਦੇ ਹੋ। ਬਾਈ ਚਾਂਸ ਕੋਈ ਐਮਰਜੈਂਸੀ ਕਿਸੇ ਨਾਲ ਵੀ ਆ ਸਕਦੀ ਹੈ, ਉਹ ਐਮਰਜੈਂਸੀ ਅਗਰ ਆ ਜਾਂਦੀ ਹੈ ਤਾਂ ਉਹਦੇ ਨਾਲ ਤੁਸੀਂ ਇਲਾਜ ਹੋਸਪਿਟਲ 'ਚੋਂ ਫ੍ਰੀ ਵੀ ਕਰਾ ਸਕਦੇ ਹੋ। ਹੁਣ ਬਹੁਤ ਸਾਰੀਆਂ ਇੰਸ਼ੋਰੈਂਸਿਸ ਇਹ ਵੀ ਕਵਰ ਕਰਨ ਲੱਗ ਪਈਆਂ ਕਿ OPD ਦੇ ਚਾਰਜਿਸ ਵੀ ਨਹੀਂ ਲੱਗਦੇ, ਈਵਨ ਤੁਸੀਂ ਇਨਵੈਸਟੀਗੇਸ਼ਨ ਆਪਣੇ ਬਾਡੀ ਟੈਸਟ ਵੀ ਕਰਾਉਣੇ ਆ। ਅੱਜ ਤੋਂ ਕੁਝ ਸਾਲ ਪਹਿਲੇ ਪਿੱਛੇ ਚੱਲ ਜਾਈਏ ਤਾਂ ਟੈਸਟਾਂ ਵਾਸਤੇ ਕਦੀ ਵੀ ਇੰਸ਼ੋਰੈਂਸਿਸ ਜਿਹੜੀਆਂ ਉਹ ਤੁਹਾਨੂੰ ਅਪਰੂਵ ਨਹੀਂ ਕਰਦੀਆਂ ਸੀ, ਐਮਰਜੈਂਸੀ ਵਾਸਤੇ ਅਪਰੂਵ ਕਰਦੀਆਂ ਸੀ, ਲੇਕਿਨ ਹੁਣ ਪੂਰੀ ਬਾਡੀ ਦੇ ਟੈਸਟ ਵੀ ਕਰਾਉਣੇ ਆ, ਇਹੋ ਜਿਹੇ ਪ੍ਰੀਮੀਅਮ ਬਣੇ ਆ ਕਿ ਬਾਡੀ ਦੇ ਟੈਸਟ ਕਰਾਉਣੇ ਆ, ਉਹਨੂੰ ਵੀ ਸਾਰੇ ਦੇ ਸਾਰੇ ਉਸ ਇੰਸ਼ੋਰੈਂਸ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ। ਬਿਕੋਜ਼ ਟੈਸਟ ਐਸੀ ਚੀਜ਼ ਹੈ, ਇਨਵੈਸਟੀਗੇਸ਼ਨ ਐਸੀ ਚੀਜ਼ ਹੈ, ਅਗਰ ਤੁਸੀਂ ਰੈਗੂਲਰਲੀ ਕਰਾਉਂਦੇ ਰਹੋ ਤਾਂ ਤੁਹਾਨੂੰ ਬਿਮਾਰੀ ਜਲਦੀ ਨੇੜੇ ਤੁਹਾਡੇ ਆਉਂਦੀ ਨਹੀਂ। ਜੀ ਡਾਕਟਰ ਗਿੱਲ, ਤੁਸੀਂ ਇਸ ਬਾਰੇ ਕੀ ਕਹੋਗੇ, ਮੈਡੀਕਲ ਇੰਸ਼ੋਰੈਂਸ ਬਾਰੇ ਕੀ ਕਹੋਗੇ, ਔਰ ਉਸ ਦੇ ਨਾਲ ਹੀ ਲੋਕਾਂ ਦੇ ਵਿੱਚ ਹਊਆ ਕਿਉਂ ਹੈ? ਆਮ ਦੇਖਣ 'ਚ ਆਉਂਦਾ ਜੇ ਕਿਸੇ ਨੂੰ ਕਹੋ ਨਾ ਵੀ ਤੂੰ 2 ਟੈਸਟ ਕਰਾ ਲੈ, ਵੈਸੇ ਹੀ ਕਰਾ ਲੈ, ਅਤੇ ਉਹਨੂੰ ਐਂ ਲੱਗੇਗਾ ਵੀ ਜਿਵੇਂ ਉਹ ਵਾਕਈ ਡਿਕਲੇਅਰ ਹੀ ਹੋ ਗਿਆ ਵੀ ਬਿਮਾਰ ਹੈ, ਉਹਨੂੰ ਕੋਈ ਪ੍ਰੋਬਲਮ ਹੈ, ਉਹਨੂੰ ਕੋਈ ਉਹਦਾ ਇਲਾਜ ਲੰਬਾ ਚੱਲਣਾ, ਇਹ ਕੀ ਕਾਰਨ ਹੈ ਇਸਦਾ? ਇਸ ਬਾਰੇ ਲੋਕਾਂ ਨੂੰ ਕੀ ਸੁਨੇਹਾ ਦਿਓਗੇ? ਮੈਂ ਤਾਂ ਇੱਕ ਸੁਨੇਹਾ ਇਹ ਦਿਆਂਗਾ ਕਿ ਜੋ ਸਭ ਤੋਂ ਚੰਗੀ ਇਨਵੈਸਟਮੈਂਟ ਹੈ ਉਹ ਸਿਹਤ 'ਤੇ ਆ, ਭਾਵੇਂ ਤੁਸੀਂ ਆਪਣੀ ਉਹ ਐਕਸਰਸਾਈਜ਼ ਟਾਈਮ ਲਾਓ, ਜੇ ਸਿਹਤ ਚੰਗੀ ਹੈ ਤਾਂ ਸਾਰਾ ਕੁਛ ਚੰਗਾ ਹੈ। ਸਭ ਤੋਂ ਪਹਿਲਾਂ ਆਪਣੀ ਸਿਹਤ ਚੰਗੀ ਹੋਣੀ ਚਾਹੀਦੀ ਆ, ਉਹੀ ਸਭ ਤੋਂ ਵਧੀਆ ਇਨਵੈਸਟਮੈਂਟ ਹੈ। ਜੇ ਸਿਹਤ ਨਹੀਂ ਚੰਗੀ ਤਾਂ ਤੁਹਾਨੂੰ ਕੁਛ ਵੀ ਚੰਗਾ ਨਹੀਂ ਲੱਗੇਗਾ। ਥੋੜ੍ਹੇ ਪੈਸੇ ਖਰਚ ਕੇ ਜੇ ਤੁਸੀਂ ਆਪਣੀ ਆਪ ਨੂੰ ਚੈੱਕ ਕਰ ਸਕਦੇ ਹੋ ਟੈਸਟਾਂ ਦੇ ਥਰੂ, ਜਾਂ ਡਾਕਟਰ ਕੋਲ ਜਾ ਕੇ ਜਿਹੜੀ ਵੀ ਕੋਈ ਤਕਲੀਫ ਹੈ ਅਤੇ ਦੇਖ ਕੇ ਤੰਦਰੁਸਤ ਰਹਿ ਸਕਦੇ ਹਾਂ, ਤਾਂ ਬਹੁਤ ਵਧੀਆ ਗੱਲ ਹੈ। ਪ੍ਰਵੈਂਸ਼ਨ ਇਜ਼ ਸਟਿਲ ਦਾ ਬੈਸਟ ਕਿਓਰ। ਜੀ ਜੀ ਜੀ, ਮੈਂ ਇਹੀ ਕਹਾਂਗਾ ਕਿ ਪ੍ਰਵੈਂਸ਼ਨ ਇਜ਼ ਦਾ ਓਨਲੀ ਕਿਓਰ। ਆਪਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਪ੍ਰਿਵੈਂਟ ਕਰ ਸਕਦੇ ਹਾਂ,
ਅਤੇ ਜਦੋਂ ਫਿਰ ਬਿਮਾਰੀ ਇੱਕ ਵਾਰ ਟਰਮੀਨਲ ਡਿਜ਼ੀਜ਼ ਹੋ ਜਾਂਦੀਆਂ ਜਾਂ ਕੋਈ ਸਟ੍ਰੋਕ ਹੋ ਗਿਆ ਜਾਂ ਹਾਈਪਰਟੈਂਸ਼ਨ ਇੱਕ ਵਾਰ ਹੋ ਗਈ ਜਾਂ ਸ਼ੂਗਰ ਹੋ ਗਈ, ਫਿਰ ਉਹਦਾ ਇਲਾਜ ਕਰਨਾ ਥੋੜ੍ਹਾ ਔਖਾ ਹੋ ਜਾਂਦਾ। ਅਤੇ ਜੇ ਉਹ ਆਪਾਂ ਸਾਰੀਆਂ ਇਹਨਾਂ ਬਿਮਾਰੀਆਂ ਨੂੰ ਪ੍ਰਿਵੈਂਟ ਕਰੀਏ ਤਾਂ ਆਪਾਂ ਬਹੁਤ ਸੌਖੇ ਰਹਿ ਸਕਦੇ ਹਾਂ। ਡਾਕਟਰ ਜਤਿੰਦਰ, ਜੇ ਆਪਾਂ ਇੱਥੇ ਗੱਲ ਕਰੀਏ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਪ੍ਰਿਵੈਂਸ਼ਨ ਇਜ਼ ਆਲਵੇਜ਼ ਬੈਟਰ, ਕਿੰਨਾ ਫਰਕ ਹੁੰਦਾ ਇੱਕ ਬੰਦਾ ਪੇਸ਼ੈਂਟ ਪਹਿਲੀ ਸਟੇਜ 'ਤੇ ਆਉਂਦਾ, ਇੱਕ ਸਟੇਜ ਵਿਚਕਾਰ ਹੁੰਦੀ ਹੈ, ਇੱਕ ਬਿਲਕੁਲ ਐਂਡ 'ਤੇ ਆਉਂਦਾ, ਇਹ ਕਿੰਨਾ ਫਰਕ ਹੁੰਦਾ ਟ੍ਰੀਟਮੈਂਟ ਦਾ? ਜ਼ਮੀਨ ਔਰ ਅਸਮਾਨ ਦਾ ਫਰਕ ਹੁੰਦਾ ਜੀ। ਅਸੀਂ ਬਹੁਤ ਸਾਰੇ ਪੇਸ਼ੈਂਟਸ ਜਿਹੜੇ ਸਪੈਸ਼ਲੀ ਸ਼ੂਗਰ ਦੇ ਪੇਸ਼ੈਂਟਸ, ਉਹਨਾਂ ਨੂੰ ਕਹੀਦਾ ਰੈਗੂਲਰਲੀ ਸ਼ੂਗਰ ਕਰੋ। ਅਸੀਂ ਤਾਂ ਕਹਿੰਦੇ ਹਾਂ ਕਿ ਹਫ਼ਤੇ 'ਚ ਇੱਕ ਵਾਰੀ ਐਟਲੀਸਟ ਕਰ ਲਓ, ਲੇਕਿਨ ਉਹ ਕਹਿੰਦੇ ਡਾਕਟਰ ਸਾਹਿਬ, ਸਾਨੂੰ ਸਾਡੇ ਪੇਰੈਂਟਸ ਨੇ ਕਿਹਾ, ਸਾਨੂੰ ਦੋਸਤਾਂ ਮਿੱਤਰਾਂ ਨੇ ਕਿਹਾ ਕਿ ਵਹਿਮ ਪੈ ਜਾਂਦੀ ਜੀ, ਜੇ ਤੁਹਾਡੀ ਸ਼ੂਗਰ ਇੱਕ ਵਾਰੀ ਵੱਧ ਆ ਗਈ ਤੁਹਾਨੂੰ ਵਹਿਮ ਪੈ ਜਾਣਾ, ਜੇ ਤਾਂ ਵਹਿਮ ਪੈ ਗਿਆ ਤਾਂ ਫਿਰ ਉਹ ਤੋਂ ਹੋਰ ਬਿਮਾਰੀਆਂ ਆ ਜਾਣੀਆਂ, ਅਤੇ ਉਸ ਚੀਜ਼ ਤੋਂ ਬਾਅਦ ਸ਼ੂਗਰ ਹੀ ਨਹੀਂ ਕਰਾ ਰਹੇ ਆਪਣੀ, ਔਰ ਜਿਹੜੀ ਕਿ ਬਹੁਤ ਵੱਡੀ ਪ੍ਰੋਬਲਮ ਹੈ। ਸੋ ਇਹ ਸਿਰਫ ਸ਼ੂਗਰ ਨਾਲ ਨਹੀਂ ਹੈ, ਬਲੱਡ ਪ੍ਰੈਸ਼ਰ ਦਿਖਾਵਾਂਗੇ ਤਾਂ ਡਾਕਟਰ ਵਹਿਮ ਪਾ ਦੇਗਾ ਜੀ ਜੀ, ਜਾਂ ਆਪਣਾ ਐਚ ਬੀ ਕਰਾ ਲਾਂਗੇ ਤਾਂ ਡਾਕਟਰ ਵਹਿਮ ਪਾ ਦੇਗਾ। ਸੋ ਇਹ ਚੀਜ਼ਾਂ ਮਨ 'ਚ ਬਣੀਆਂ ਹੋਈਆਂ, ਵਿਡੰਬਣਾ ਪੁਰਾਣੀਆਂ, ਜੇ ਕਿ ਜਿਹਨੂੰ ਤੋੜਨਾ ਚਾਹੀਦਾ, ਕੱਢਣਾ ਚਾਹੀਦਾ। ਜਿਹੜਾ ਪੇਸ਼ੈਂਟ ਸ਼ੂਗਰ ਫਸਟ ਸਟੇਜ 'ਤੇ ਸਾਡੇ ਕੋਲ ਆਉਂਦਾ, ਜਿਹਦੇ ਕਿ ਨੋ ਔਰਗਨ ਫੇਲੀਅਰ, ਨਾ ਕਿਡਨੀ ਦੇ ਪ੍ਰੋਬਲਮ, ਨਾ ਹੋਰ ਕੋਈ ਪ੍ਰੋਬਲਮ, ਸ਼ੂਗਰ ਨੂੰ ਕੰਟਰੋਲ ਕਰਨਾ ਬੜਾ ਸਿੰਪਲ ਹੈ ਕਿ ਸ਼ੂਗਰ ਖਾਣੀ ਛੱਡ ਦਿਓ ਅਤੇ ਸੈਕਿੰਡ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿਓ, ਵੇਟ ਘਟਾ ਲਓ, ਸ਼ੂਗਰ ਠੀਕ ਹੋ ਜਾਂਦੀ ਹੈ। ਫਸਟ ਸਟੇਜ ਦੀ ਗੱਲ ਕਰ ਰਹੇ ਹਾਂ ਜੀ ਜੀ, ਲੇਕਿਨ ਜਦੋਂ ਉਹਦੀ ਸਟੇਜ ਨਿਕਲ ਜਾਂਦੀ ਹੈ, ਉਸ ਤੋਂ ਬਾਅਦ ਸ਼ੂਗਰ ਇਨਸੁਲਿਨ ਨਾਲ, ਦਵਾਈਆਂ ਨਾਲ, ਓਰਲ ਟ੍ਰੀਟਮੈਂਟ, ਹੋਰ ਬੜੀਆਂ ਸਾਰੀਆਂ ਬਿਮਾਰੀਆਂ, ਅੱਗੋਂ ਕਿਡਨੀ ਦੀ ਪ੍ਰੋਬਲਮ, ਹੋਰ ਸਾਰੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਸ਼ੂਗਰ ਨਾਲ ਅੱਗੋਂ ਫਰਦਰ। ਫਿਰ ਵੀ ਕੰਟਰੋਲ 'ਚ ਨਾ ਆਵੇ ਤਾਂ ਉਸ ਤੋਂ ਉੱਪਰ ਕੀਟੋਐਸਿਡੋਸਿਸ, ਜਿਹੜਾ ਮੇਰਾ ਡਿਪਾਰਟਮੈਂਟ ਆਈਸੀਯੂ ਦਾ, ਸਾਡੇ ਕੋਲ ਰੋਜ਼ ਕੀਟੋਐਸਿਡੋਸਿਸ ਦੇ ਪੇਸ਼ੈਂਟ ਆਉਂਦੇ ਆ, ਉਹਨਾਂ ਨੂੰ ਕੋਈ ਐਸੀ ਪ੍ਰੋਬਲਮ ਨਹੀਂ ਹੁੰਦੀ ਕਿ ਇਹਨਾਂ ਨੂੰ ਕੋਈ ਐਸੀ ਬਿਮਾਰੀ ਲੱਗ ਗਈ ਕੀਟੋਐਸਿਡੋਸਿਸ, ਸਿਰਫ ਇਹੀ ਹੈ ਕਿ ਸ਼ੂਗਰ ਕੰਟਰੋਲ ਨਹੀਂ ਕੀਤੀ ਜੀ, ਅਤੇ ਨਾ ਹੀ ਸ਼ੂਗਰ ਚੈੱਕ ਕਰਾਈ। ਤੋ ਇਨਵੈਸਟੀਗੇਸ਼ਨ ਨਾ ਕਰਾਉਣਾ ਆਪਣੇ ਆਪ ਨੂੰ ਮੌਤ ਦਾ ਸੱਦਾ ਦੇਣ ਵਾਲੀ ਗੱਲ ਹੈ। ਡਾਕਟਰ ਗਿੱਲ, ਇੱਕ ਫਿਜ਼ੀਕਲ ਫਿਟਨੈਸ ਦਾ ਟੈਸਟ ਕੀਤਾ ਜਾਂਦਾ, ਤੁਹਾਡੇ ਕੋਲ ਵੀ ਹੈ, ਉਹ ਹੈ ਕੀ ਹੈ ਔਰ ਉਹਦੇ ਕੀ ਫਾਇਦੇ ਨੇ ਔਰ ਕੀ ਆਮ ਬੰਦੇ ਦੀ ਪਹੁੰਚ ਵਿੱਚ? ਅਸੀਂ ਬਹੁਤ ਸਾਰੇ ਪੈਕੇਜਸ ਬਣਾਏ ਆ, ਪ੍ਰੀਵੈਂਟਿਵ ਹੈਲਥ ਚੈੱਕਅਪ ਪੈਕੇਜਸ, ਉਹਦੇ ਵਿੱਚ ਸਿੰਪਲ ਟੈਸਟ ਜਿਹੜੇ ਆ ਕਿਡਨੀ ਦੇ, ਲਿਵਰ ਦੇ, ਹਾਰਟ ਦੇ, ਕੋਈ CBC ਉਹਦੇ 'ਚੋਂ ਤੁਹਾਡਾ ਅਨੀਮੀਆ ਦਾ ਪਤਾ ਲੱਗ ਜਾਏਗਾ, ਫਿਰ ਕੋਈ ਕੈਂਸਰ ਦਾ ਵੀ ਪਤਾ ਲੱਗ ਸਕਦਾ, ਕੋਈ ਇਨਫੈਕਸ਼ਨ ਦਾ ਪਤਾ ਲੱਗ ਜਾਏਗਾ, ਐਲਰਜੀ ਦਾ ਪਤਾ ਲੱਗ ਜਾਏਗਾ, ਅਤੇ ਸਿੰਪਲ ਟੈਸਟ ਕਰਾ ਕੇ ਜਿਹੜੇ ਅਸੀਂ ਬਹੁਤ ਸਸਤੇ ਵੀ ਹੈ ਅਤੇ ਆਪਾਂ ਕਈ ਬਿਮਾਰੀਆਂ ਦਾ ਪਤਾ ਲਾ ਸਕਦੇ ਹਾਂ। ਜਦੋਂ ਟਾਈਮ ਸਿਰ ਪਤਾ ਲੱਗ ਜਾਏਗਾ, ਇਨੀਸ਼ੀਅਲ ਸਟੇਜ 'ਤੇ ਪਤਾ ਲੱਗ ਜਾਏਗਾ, ਅਤੇ ਅਸੀਂ ਬਹੁਤ ਉਹਨਾਂ ਦੀਆਂ ਕੰਪਲੀਕੇਸ਼ਨਸ ਤੋਂ ਸਿੰਪਲ ਕੋਈ ਦਵਾਈ ਲੈ ਕੇ ਜਾਂ ਆਪਣੇ ਲਾਈਫ ਸਟਾਈਲ ਨੂੰ ਠੀਕ ਕਰਕੇ ਬਚ ਸਕਦੇ। ਡਾਕਟਰ ਮਲਹੋਤਰਾ, ਗੱਲ ਕਰੀਏ ਜਿਵੇਂ ਠੰਡ ਦੀ, ਚਿਲਿੰਗ ਠੰਡ ਹੈ, ਬਾਹਰ ਨਿਕਲੀਏ ਕੰਬਣੀ ਚੜ੍ਹਦੀ ਹੈ, ਜਿਹੜੇ ਪੇਸ਼ੈਂਟ ਹਨ ਕੋਈ ਹਾਰਟ ਦਾ ਹੈ ਜਾਂ ਬਲੱਡ ਪ੍ਰੈਸ਼ਰ ਦਾ ਹੈ, ਕੀ ਇਹ ਮੌਸਮ ਦੀ ਮਾਰ ਉਹਨਾਂ ਸੇ ਮਾੜੀ? ਬਹੁਤ ਜ਼ਿਆਦਾ ਮਾੜੀ ਹੈ। ਦੇਖੋ, ਬੋਡੀ 'ਚ ਇੱਕ ਥਰਮੋਸਟੈਟ ਲੱਗਾ ਹੋਇਆ ਹੈ, ਹਰ ਇੱਕ ਦੀ ਬੋਡੀ 'ਚ ਲੱਗਾ, ਬੱਚੇ ਤੋਂ ਲੈ ਕੇ ਬਜ਼ੁਰਗ ਦਾ ਥਰਮੋਸਟੈਟ ਲੱਗਾ, ਉਹ 'ਤੇ ਕੰਮ ਕਰਦਾ ਥਰਮੋਸਟੈਟ, ਜਿੱਦਾਂ AC ਦੇ ਅੰਦਰ, ਹੀਟਰ ਦੇ ਅੰਦਰ, ਹਰ ਇੱਕ ਚੀਜ਼, ਗੀਜ਼ਰ ਦੇ ਅੰਦਰ ਇੱਕ ਥਰਮੋਸਟੈਟ ਹੁੰਦਾ, ਜਦੋਂ ਉਸ ਹੀਟ ਤੱਕ ਪਹੁੰਚਦਾ ਬੰਦ ਹੋ ਜਾਂਦਾ, ਥੱਲੇ ਫਿਰ ਸ਼ੁਰੂ ਹੋ ਜਾਂਦਾ। ਅਗਰ ਅਸੀਂ ਉਹ ਥਰਮੋਸਟੈਟ ਨੂੰ ਇੰਨਾ ਜ਼ਿਆਦਾ ਚੈੱਕ ਕਰਾਂਗੇ ਉਹਨੂੰ ਇੰਨਾ ਜ਼ਿਆਦਾ, ਬਿਕੋਜ਼ ਥਰਮੋਸਟੈਟ ਕੰਮ ਕਰਦਾ 37 degrees 'ਤੇ, ਸਾਡੇ ਬੋਡੀ ਦਾ ਟੈਂਪਰੇਚਰ 37 ਇੰਡੀਕੇਟਿਵ, ਅਗਰ ਉਹਨੂੰ 0 'ਤੇ ਲੈ ਜਾਵਾਂਗੇ, ਫਿਰ ਮਾਈਨਸ 'ਚ ਲੈ ਜਾਵਾਂਗੇ, ਫਿਰ ਉਹਨੂੰ ਕਹਾਂਗੇ ਉਹਨੂੰ 37 ਕਰਕੇ ਦਿਖਾ, ਕਿਉਂਕਿ ਬੋਡੀ ਨੇ ਆਪਣਾ ਟੈਂਪਰੇਚਰ 37 ਰੱਖਣਾ। ਹੁਣ 0 'ਤੇ ਲੈ ਜਾਓਗੇ ਫਿਰ ਵੀ 37 ਰੱਖਣਾ, ਅਗਰ ਉਹ 18 'ਤੇ ਜਾਓਗੇ ਫਿਰ ਵੀ 37 ਰੱਖਣਾ, ਅਗਰ ਉਹਨੂੰ 87 'ਤੇ ਲੈ ਜਾਓਗੇ ਫਿਰ ਉਹਨੇ 37 ਕਰ ਲੈਣਾ। ਲੇਕਿਨ ਬੋਡੀ ਨੂੰ ਇੰਨਾ ਟੈਸਟ ਨਾ ਕਰੀਏ, ਇੰਨਾ ਟੈਸਟ ਕਰਾਂਗੇ ਬੋਡੀ ਨੂੰ, ਬੋਡੀ ਫੇਲ ਹੋ ਜਾਏ। ਬੋਡੀ ਫੇਲ ਹੁੰਦਾ ਸਿੰਪਲ ਨਿਸ਼ਾਨੀ ਹੈਗੀ ਹੈ ਕਿ ਤੁਹਾਨੂੰ ਜ਼ੁਕਾਮ ਲੱਗ ਜਾਂਦਾ, ਨਿਸ਼ਾਨ ਲੱਗ ਪੈਂਦੀ ਹੈ, ਇਹ ਫਸਟ ਸਿਮਟਮ ਹੈਗਾ ਕਿ ਤੁਹਾਡਾ ਥਰਮੋਸਟੈਟ ਉਹ ਆਊਟ ਹੋ ਗਿਆ, ਆਫ ਦਾ ਟਰੈਕ ਜਾ ਰਿਹਾ, ਤੁਸੀਂ ਆਪਣੇ ਆਪ ਨੂੰ ਬਚਾਓ। ਬੜੇ ਸਾਰੇ ਸਾਡੇ ਬਜ਼ੁਰਗ ਸਾਨੂੰ ਵੀ ਕਹਿੰਦੇ ਰਹੇ ਜਦੋਂ ਅਸੀਂ ਛੋਟੇ ਹੁੰਦੇ ਸੀ,
ਠੰਡੇ ਪਾਣੀ ਨਾਲ ਨਹਾਉਣਾ ਬਹੁਤ ਜ਼ਰੂਰੀ ਹੈ। ਠੰਡੇ ਪਾਣੀ ਨਾਲ ਨਹਾਉਣਾ ਕੋਈ ਮੁਸ਼ਕਲ ਥੋੜ੍ਹੀ, ਠੰਡੇ ਪਾਣੀ ਨਾਲ ਨਹਾਉਣਾ, ਤੁਸੀਂ ਮੱਗ ਉੱਪਰ ਪਾਓ, ਠੰਡੇ ਪਾਣੀ ਨਹਾਤਾ ਜਾਏਗਾ। ਲੇਕਿਨ ਬਾਡੀ ਨੂੰ ਥਰਮੋਸਟੈਟ ਬਾਡੀ ਦਾ ਤੁਸੀਂ ਚੈੱਕ ਕਰ ਰਹੇ ਹੋ, ਬਾਹਰ 0 ਡਿਗਰੀ ਟੈਂਪਰੇਚਰ ਹੈ ਔਰ ਤੁਸੀਂ ਠੰਡੇ ਪਾਣੀ 0 ਡਿਗਰੀ ਨੂੰ ਪਾ ਲਿਆ, ਬਾਡੀ ਨੂੰ ਸੈਂਤੀ ਕਰਦੇ ਕਰਦੇ ਬਾਡੀ ਦਾ ਪੂਰਾ ਜ਼ੋਰ ਲੱਗ ਜਾਣਾ। ਬਜ਼ੁਰਗ ਆਦਮੀ ਹੈ ਅਗਰ ਬਹੁਤ ਜ਼ਿਆਦਾ ਠੰਡ 'ਚ 0-1-2 ਡਿਗਰੀ ਡੇ ਚਲਾ ਗਿਆ, ਉਹਦੇ ਕੋਰੋਨਰੀ ਸਪੈਜ਼ਮ ਹੋਣਾ, ਦਿਸ ਇਜ਼ ਨੋਰਮਲ ਫਿਨੋਮੀਨਾ ਹਿਊਮਨ ਬਾਡੀ ਕਿ ਸਾਰੀ ਬਾਡੀ ਦੀ ਆਰਟਰੀ ਸਪੈਜ਼ਮ 'ਚ ਹੋ ਜਾਏ, ਉਹਦੀ ਵੀ ਸਪੈਜ਼ਮ ਜਾਣੀ, ਬ੍ਰੇਨ ਦੀ ਵੀ ਸਪੈਜ਼ਮ ਜਾਣੀ, ਉਹ ਜਾਣੀ ਜਾਣੀ ਕਿ ਬਾਡੀ ਨੂੰ ਤੇਜ਼ ਬਲੱਡ ਜਾਣਾ। ਅਤੇ ਜਿਸ ਆਲਰੇਡੀ 60-70% 80% ਬੰਦ ਹੈ, ਉਹਦੀ ਅਗਰ ਸਪੈਜ਼ਮ ਚਲੀ ਗਈ ਤਾਂ ਬੰਦ ਹੋ ਕੇ ਉਹਨੂੰ ਹਾਰਟ ਅਟੈਕ ਹੋ ਜਾਂਦਾ। ਇਸੇ ਕਰਕੇ ਸਰਦੀਆਂ 'ਚ ਹਾਰਟ ਅਟੈਕ ਹੋਸਪਿਟਲ ਬਹੁਤ ਜ਼ਿਆਦਾ ਹੁੰਦੇ, ਅਤੇ ਉਹ ਹੀ ਸਰਦੀ ਤੋਂ ਅਗਰ ਬਚਾ ਲਓ ਘਰ ਦੇ ਅੰਦਰ ਹੀਟਰ ਲਗਾ ਕੇ ਜਾਂ ਘਰ ਦੇ ਦਰਵਾਜ਼ੇ ਬੰਦ ਕਰਕੇ, ਅਗਰ ਬਜ਼ੁਰਗ ਹੈ 1-2 ਮਹੀਨਾ ਕੱਢ ਜਾਣ ਤਾਂ ਅਗਲੇ 10 ਮਹੀਨੇ ਦੀ ਗਰੰਟੀ ਹੈ ਕਿ ਉਹ ਕੱਢ ਜਾਣਗੇ। ਬਿਲਕੁਲ ਠੀਕ ਡਾਕਟਰ ਗਿੱਲ, ਗੱਲ ਕਰੀਏ ਠੰਡ ਦੇ ਮੌਸਮ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਪ੍ਰੋਬਲਮ ਹੋ ਸਕਦੀਆਂ, ਕੋਈ ਇੱਕ ਲੋਕਾਂ ਨੂੰ ਸੁਨੇਹਾ ਕੋਈ ਦੇਣਾ ਚਾਹੋਗੇ ਵੀ ਕਿਹੜੇ ਟੈਸਟ ਹੈ ਇਹਨਾਂ ਸਰਦੀਆਂ 'ਚ, ਭਾਵੇਂ ਹੈਲਦੀ ਹੈ ਭਾਵੇਂ ਅਨਹੈਲਦੀ ਹੈ ਲੋਕ, ਪਰ ਜਿਹੜੇ ਜਿਨ੍ਹਾਂ ਨੂੰ ਲੱਗਦਾ ਵੀ ਸਾਨੂੰ ਇਹ ਪ੍ਰੋਬਲਮ ਹੈਗੀ ਹੈ, ਅਸੀਂ ਸਫ਼ਰ ਕਰ ਰਹੇ ਹਾਂ, ਕਿਹੜੇ ਟੈਸਟ ਉਹਨਾਂ ਨੂੰ ਇਮੀਜੀਏਟਲੀ ਕਰਵਾਉਣੇ ਚਾਹੀਦੇ? ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਹਾਰਟ ਅਟੈਕ ਹੋ ਸਕਦਾ, ਸਟਰੋਕ ਹੋ ਸਕਦਾ, BP ਵੀ ਵੱਧ ਸਕਦਾ ਜਦੋਂ ਕੰਸਟ੍ਰਿਕਸ਼ਨ ਹੋਏਗੀ ਆਰਟਰੀਜ਼ ਦੀ, ਅਤੇ ਬਲੱਡ ਪ੍ਰੈਸ਼ਰ ਵੱਧ ਸਕਦਾ, ਖਾਣਾ ਪੀਣਾ ਗਲਤ ਹੋ ਜਾਏਗਾ, ਹੋਰ ਸ਼ੂਗਰ ਵੀ ਵੱਧ ਸਕਦੀ ਹੈ, ਫਿਰ ਵਾਇਰਲ ਡਿਜ਼ੀਜ਼ ਜਦੋਂ ਐਕਸਪੋਜਰ ਹੁੰਦਾ ਹੈ ਅਤੇ ਅਪਰ ਰੈਸਪੀਰੇਟਰੀ ਟ੍ਰੈਕ ਇਨਫੈਕਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਦਮੇ ਦੇ ਪੇਸ਼ੈਂਟ ਜਦੋਂ ਕੋਲਡ ਨੂੰ ਐਕਸਪੋਜਰ ਹੋਏਗਾ ਠੰਡ ਦੇ ਵਿੱਚ ਜਾਣਗੇ, ਉਹਨਾਂ ਨੂੰ ਦਮਾ ਛੇਤੀ ਹੋਏਗਾ, ਖਾਂਸੀ ਲੱਗੇਗੀ, COPD ਡਿਜ਼ੀਜ਼ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਉਹ ਜ਼ਿਆਦਾ ਵੱਧ ਜਾਣਗੀਆਂ। ਅੱਜ ਕੱਲ੍ਹ ਬੱਦਲ ਰਹਿੰਦੇ ਨੇ, ਸੂਰਜ ਦੇਵਤਾ ਵੀ ਘੱਟ ਨਿਕਲਦੇ ਨੇ, ਵਿਟਾਮਿਨ ਡੀ ਦੀ ਜਿਹੜੀ ਕਿ 97% ਆਪਾਂ ਕਹਿੰਦੇ ਮਿਲਦੀ ਆ ਸੂਰਜ ਤੋਂ, ਸੂਰਜ ਦੀ ਰੌਸ਼ਨੀ ਤੋਂ, ਉਹ ਘੱਟ ਜਾਏਗੀ, ਉਹਦੇ ਨਾਲ ਜੇ ਕੈਲਸ਼ੀਅਮ ਘਟੇਗਾ ਤੁਹਾਡੇ ਹੋਰ ਕਈ ਡਿਜ਼ੀਜ਼ ਲੱਗ ਸਕਦੀਆਂ। ਹੋਰ ਇੱਕ ਤਾਂ ਇਹੀ ਹੈ ਕਿ ਟੈਸਟ ਕਰਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਠੰਡ ਤੋਂ ਬਚਾ ਕੇ ਰੱਖੋ, ਰੇਨਾਰਡਸ ਡਿਜ਼ੀਜ਼ ਹੈ ਉਹ ਐਗਜ਼ੈਜਰੇਟ ਕਰ ਜਾਏਗੀ, ਤੁਹਾਡੇ ਜੋੜ ਪੀੜ ਹੋਣ ਲੱਗ ਪੈਣਗੇ, ਉਂਗਲਾਂ ਸੁੱਜ ਜਾਣਗੀਆਂ, ਨੀਲੀਆਂ ਹੋ ਜਾਣਗੀਆਂ। ਇਸ ਕਰਕੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਠੰਡ ਤੋਂ ਬਚਾਉਣਾ ਹੈ, ਬਾਕੀ ਟੈਸਟ ਆਪਣੇ ਕਰਾ ਕੇ ਰੱਖੋ, ਲਿਵਰ ਦੇ, ਕਿਡਨੀ ਦੇ, ਜਾਂ ਸਪੈਸ਼ਲੀ ਜਿਹੜਾ ਲਿਪਿਡ ਪ੍ਰੋਫਾਈਲ ਹੈ ਉਹ ਇਹਨਾਂ ਦਿਨਾਂ 'ਚ ਲਿਪਿਡਸ ਜਿਹੜੇ ਆ ਉਹ ਬਹੁਤ ਜ਼ਿਆਦਾ ਵੱਧਦੇ ਨੇ, ਸਪੈਸ਼ਲੀ ਟ੍ਰਾਈਗਲਿਸਰਾਈਡਸ, ਉਹ ਵੀ ਕਰਾ ਕੇ ਰੱਖਣੇ ਚਾਹੀਦੇ ਆ ਟੈਸਟ। ਹਾਂਜੀ ਡਾਕਟਰ ਸਾਹਿਬ, ਤੁਸੀਂ ਕੀ ਸਮਝਦੇ ਹੋ ਹੈਲਦੀ ਪਰਸਨ ਲਈ ਕਿੰਨੀ ਦੇਰ ਬਾਅਦ ਟੈਸਟ ਜ਼ਰੂਰੀ ਹੈ ਫਿਜ਼ੀਕਲ ਫਿਟਨੈਸ? ਇਹ ਸਵਾਲ ਅਸੀਂ ਲੈਬ ਐ ਚਲਾ ਰਹੇ ਹਾਂ, ਬਸ ਸਵਾਲ ਮੈਨੂੰ ਤਾਂ ਬੜਾ ਅੱਛਾ ਕੁਐਸਚਨ ਤੁਸੀਂ ਪੁੱਛਿਆ, ਬਿਲਕੁਲ ਠੀਕ ਹੈ ਜੀ, ਆਮ ਹੁੰਦਾ ਵੀ ਟੈਸਟ ਲੈਬ ਡਾਕਟਰ ਬਿਮਾਰ ਵਾਸਤੇ ਨਹੀਂ ਹੈ, ਨਹੀਂ ਇਸ ਤਰ੍ਹਾਂ ਦੀ ਬਿਲਕੁਲ ਗੱਲ ਨਹੀਂ ਹੈ, ਤੰਦਰੁਸਤ ਵਾਸਤੇ ਵੀ ਹੈ, ਇਹ ਡਿਪੈਂਡ ਕਰਦਾ ਕਿ ਤੁਹਾਨੂੰ ਬਿਮਾਰੀ ਹੈਗੀ ਹੈ ਕਿ ਨਹੀਂ ਹੈਗੀ। ਨਹੀਂ ਮੈਂ ਹੈਲਦੀ ਬੰਦੇ ਦੀ ਗੱਲ ਕਰ ਰਿਹਾ, ਜਿਹੜਾ ਕਹਿੰਦਾ ਆਮ ਫਿਟ ਐਂਡ ਫਾਈਨ ਲੱਗਦਾ, ਇਸ ਤਰ੍ਹਾਂ ਹੀ ਹੁੰਦਾ ਆਮ ਫਿਟ ਐਂਡ ਫਾਈਨ ਜੀ। 40 ਸਾਲ ਤੋਂ ਬਾਅਦ ਹਰ ਇੱਕ ਬੰਦੇ ਨੂੰ ਰੈਗੂਲਰਲੀ ਆਪਣੇ ਲਿਪਿਡ ਪ੍ਰੋਫਾਈਲ ਤੇ ਮਿਨੀਮਮ ਕਰਾਣੇ ਚਾਹੀਦੇ। ਲਿਪਿਡ ਪ੍ਰੋਫਾਈਲ ਅਗਰ ਮੇਰੇ ਬਿਲਕੁਲ ਨੋਰਮਲ ਆਉਂਦੇ ਤਾਂ ਹੋ ਸਕਦਾ ਮੈਂ 6 ਮਹੀਨੇ ਬਾਅਦ ਦੁਬਾਰਾ ਕਰਾਵਾਂਗਾ। ਲੇਕਿਨ ਬੜੀਆਂ ਸਾਰੀਆਂ ਇੰਸ਼ੋਰੈਂਸ ਹੈਗੀਆਂ ਜਿਹੜੀਆਂ ਕਿ ਟੈਸਟਾਂ ਨੂੰ ਵੀ, ਈਵਨ OPD ਟੈਸਟਾਂ ਨੂੰ ਵੀ, IPD ਟੈਸਟਾਂ ਨੂੰ ਤਾਂ ਸਾਰੀਆਂ ਇੰਸ਼ੋਰੈਂਸ ਹੀ ਕਵਰ ਕਰ ਰਹੀਆਂ, ਲੇਕਿਨ OPD ਟੈਸਟਾਂ ਨੂੰ ਵੀ ਇੰਸ਼ੋਰੈਂਸ ਕਵਰ ਕਰਦੀਆਂ। ਡਿਸਚਾਰਜ ਤੋਂ ਬਾਅਦ ਜਿਹੜੀ ਪੇਸ਼ੈਂਟ ਨੂੰ ਮੈਡੀਕੇਸ਼ਨ ਤੇ ਟੈਸਟਿੰਗ ਹੁੰਦੀ ਹੈ ਉਹ ਵੀ ਇਨਕਲੂਡ ਹੈ, ਉਹ ਵੀ ਇਨਕਲੂਡ ਬਹੁਤ ਹੈ, ਬਹੁਤ ਵਧੀਆ ਗੱਲ ਹੈ, ਬਹੁਤ ਬਿਲਕੁਲ ਇਨਕਲੂਡ ਹੈ, ਉਹ ਬੜੇ ਸਾਰੇ ਪੈਕੇਜਿਸ ਹੈ। ਸਾਲ ਦਾ 1 ਲੱਖ ਰੁਪਈਆ OPD ਤੋਂ ਬਾਅਦ, IPD ਤੋਂ ਬਾਅਦ ਜਿਹੜੇ ਟੈਸਟ ਹੋਣੇ ਆ ਉਹ ਵੀ ਇਨਕਲੂਡ ਹੈ, ਵਿਚ ਇਜ਼ ਵੈਰੀ ਬਿਗ ਅਮਾਊਂਟ।
ਬੜੀ ਵੱਡੀ ਗੱਲ ਹੈ ਜੀ। ਮੈਂ ਦੋਨੋਂ ਹੀ ਮਹਿਮਾਨਾਂ ਲਈ ਇੱਕ ਹੋਰ ਗੱਲ ਸਾਂਝੀ ਕਰਨੀ ਚਾਹਾਂਗਾ। ਅਸੀਂ ਵੀ, ਸਾਡੇ ਕੋਲ ਵੀ ਆਉਂਦੇ ਇਹੋ ਜਿਹੇ ਮਸਲੇ, ਇਹਨਾਂ ਕੋਲ ਵੀ ਆਉਂਦੇ ਹੋਣਗੇ, ਡਾਕਟਰ ਸਾਹਿਬ ਕੋਲ ਲੈਬ 'ਚ ਹੀ ਆਉਂਦੇ ਹੋਣਗੇ। ਜਦੋਂ ਘਰ ਦਾ ਕੋਈ ਚੀਜ਼ ਬਿਮਾਰ ਹੁੰਦਾ, ਜਦੋਂ ਸਾਨੂੰ ਲੱਗਦਾ ਵੀ ਹਾਏ ਸਾਡਾ ਜੀ ਹੱਥੋਂ ਨਿਕਲ ਜਾਣਾ, ਅਸੀਂ ਲੈ ਕੇ ਜਾਂਦੇ ਹਾਂ ਕਿਸੇ ਚੰਗੇ ਹੋਸਪਿਟਲ 'ਚ ਚੰਗੇ ਡਾਕਟਰ ਕੋਲ, ਉਸ ਲਈ ਸਾਡਾ ਟੀਚਾ ਹੁੰਦਾ ਵੀ ਡਾਕਟਰ ਰੱਬ ਤੋਂ ਬਾਅਦ ਸਾਡੇ ਲਈ ਰੱਬ ਦਾ ਰੂਪ ਹੈ, ਔਰ ਸਾਡਾ ਬੰਦਾ ਹੈ ਜਿਹੜਾ ਕਿ ਸਾਡੇ ਹੱਥੋਂ ਨਿਕਲ ਰਿਹਾ, ਇਹ ਇਸ ਦੇ ਐਫਰਟਸ ਦੇ ਨਾਲ ਉਸ ਬੰਦੇ ਨੇ ਬਚ ਜਾਣਾ, ਔਰ ਪ੍ਰਭੂ ਦੀ ਕਿਰਪਾ ਨਾਲ ਹੋਈ ਔਰ ਡਾਕਟਰ ਸਾਹਿਬ ਨੇ ਆਪਣਾ ਐਫਰਟ ਸਹੀ ਕੀਤਾ, ਸਹੀ ਇਲਾਜ ਹੋ ਗਿਆ, ਅਤੇ ਬੰਦੇ ਨੇ ਰਾਜ਼ੀ ਖੁਸ਼ੀ ਆਪਣੇ ਪਰਿਵਾਰ 'ਚ ਆ ਜਾਣਾ। ਪਰ ਉਹਦੇ ਨਾਲ ਹੀ ਮੈਂ ਸਮਝਿਆ ਦਾ, ਹਾਲਾਂਕਿ ਮੈਂ ਇਸ ਪ੍ਰੋਫੈਸ਼ਨ 'ਚ ਨਹੀਂ, ਮੈਂ ਮੀਡੀਆ 'ਚ ਹਾਂ, ਪਰ ਮੈਂ ਮੇਰਾ ਖਿਆਲ ਹੈ ਦੋਨਾਂ ਦੇ ਇਸ ਬਾਰੇ ਵਿਚਾਰ ਜ਼ਰੂਰ ਲਾਂਗਾ। ਪਰ ਜਦੋਂ ਬੰਦਾ, ਉਹੀ ਬੰਦਾ 10 ਦਿਨ 15 ਦਿਨ ਬਾਅਦ ਬਿਲਕੁਲ ਹੈਲਦੀ ਹੋ ਕੇ ਜਾਣ ਲੱਗਦਾ ਘਰ ਨੂੰ ਔਰ ਬਿਲਿੰਗ ਹੁੰਦੀ ਹੈ, ਤਾਂ ਜਿਹੜੇ ਉਹਦੇ ਡਿਪੈਂਡੈਂਟਸ ਹੁੰਦੇ ਨੇ, ਫੈਮਿਲੀ ਮੈਂਬਰਸ ਹੁੰਦੇ ਨੇ, ਉਹਨਾਂ ਦੀ ਸੋਚ ਬਦਲ ਜਾਂਦੀ ਹੈ। ਜਿਹੜਾ ਡਾਕਟਰ ਉਸ ਵੇਲੇ ਆਉਣ ਲੱਗਿਆ ਰੱਬ ਦਾ ਰੂਪ ਲੱਗ ਰਿਹਾ ਹੁੰਦਾ, ਫਿਰ ਉਹ ਜਾਣ ਲੱਗੇ ਐਂ ਲੱਗਦਾ ਵੀ ਇਹ ਸਿਰਫ ਬਿਜ਼ਨਸਮੈਨ ਹੈ ਜਿਹੜਾ ਸੋਚ ਰਿਹਾ ਸੀ ਵੀ ਕੋਈ ਨਾ ਕੋਈ ਆਵੇ ਅਤੇ ਮੈਂ ਬਿੱਲ ਬਣਾਵਾਂ ਅਤੇ ਆਪਣੀ ਦਾਲ ਰੋਟੀ ਚਲਾਵਾਂ। ਡਾਕਟਰ ਸਾਹਿਬ, ਇਸ ਬਾਰੇ ਕੀ ਸੁਨੇਹਾ ਦਿਓਗੇ? ਕਿਉਂਕਿ ਇਟਸ ਏ ਹੈਲਦੀ ਡਿਸਕਸ਼ਨ, ਮੈਂ ਚਾਹੁੰਦਾ ਲੋਕਾਂ ਨੂੰ ਦੱਸੀਏ ਵੀ ਡਾਕਟਰ ਕਿੰਨਾ ਕੁ ਇਨਵੋਲਵ ਹੈ। ਇੱਕ ਬੰਦਾ ਕੰਮ ਕਰਦਾ, ਮਜ਼ਦੂਰ ਕੰਮ ਕਰਦਾ, ਸਿਰ 'ਤੇ ਭਾਰ ਰੱਖਦਾ, ਉਹਦਾ ਭਾਰ ਤੱਕ ਇਨਵੋਲਵ ਹੈ। ਪਰ ਵਟ ਆਈ ਫੀਲ, ਕਿਉਂਕਿ ਮੈਂ ਵੀ ਮਿਲਦਾ ਜੁਲਦਾ ਸਾਰਿਆਂ ਨੂੰ, ਡਾਕਟਰ ਹੋਣ ਜਾਂ ਲੈਬ ਵਾਲੇ ਹੋਣ, ਇਹ ਫਿਜ਼ੀਕਲੀ ਔਰ ਮੈਂਟਲੀ ਦੋਨੋਂ ਜਗ੍ਹਾ ਇਨਵੋਲਵ ਹੈ। ਕੀ ਕਹੋਗੇ ਇਸ ਬਾਰੇ? ਮੇਰਾ ਸਿੰਪਲ ਇਧਾਂਸ, ਬਿਕੋਜ਼ ਮੈਂ ਹਸਪੀਟਲ ਚਲਾ ਰਿਹਾ, ਕੁਐਸਚਨ ਬਹੁਤ ਜ਼ਿਆਦਾ ਔਖਾ ਹੈ, ਇੰਨਾ ਔਖਾ ਕੁਐਸਚਨ ਪੁੱਛਿਆ, ਆਈ ਵਾਂਟ ਬੀ ਜਸਟ, ਇਹਦਾ ਆਨਸਰ ਬਹੁਤ ਔਖਾ ਹੈ। ਇਹਦਾ ਆਨਸਰ ਮੈਨੂੰ ਲੱਗ ਰਿਹਾ ਹੈ ਕਿ ਅੱਜ ਦੀ ਦੁਨੀਆ 'ਚ ਇਹ ਚੱਲਦਾ ਹੀ ਰਹਿਣਾ, ਇੱਕੋ ਹੀ ਆਨਸਰ ਹੈਗਾ, ਇੰਸ਼ੋਰੈਂਸ। ਯੈਸ, ਜਿਸ ਤਰ੍ਹਾਂ USA, ਆਸਟ੍ਰੇਲੀਆ, ਕੈਨੇਡਾ, ਕੋਈ ਬਿਮਾਰ ਹੋ ਜਾਂਦਾ ਉਹ ਡਰਦਾ ਨਹੀਂ ਹੈ, ਉਹ ਸਿੱਧਾ ਹਸਪੀਟਲ ਜਾਂਦਾ ਹੈ ਔਰ ਚੰਗੇ ਇਲਾਜ ਕਰਾਉਂਦਾ, ਚੰਗੇ ਹਸਪੀਟਲ, ਔਰ ਉੱਥੋਂ ਵਾਪਸ ਆ ਜਾਂਦਾ। ਜੀ ਜੀ, ਵਿਦਆਊਟ, ਇੱਕ ਵੀ ਪੈਨੀ ਨਹੀਂ ਲੱਗਦੀ, ਇੱਕ ਰੁਪਿਆ ਵੀ ਨਹੀਂ ਲੱਗਦਾ, ਉਹ ਦਿਸ ਇਜ਼ ਦੀ ਓਨਲੀ ਆਨਸਰ, ਹੋਰ ਕੋਈ ਇਹਦਾ ਆਨਸਰ ਨਹੀਂ ਹੈ। ਅਦਰਵਾਈਜ਼ ਜਦੋਂ ਵੀ ਕੋਈ ਪੇਸ਼ੈਂਟ ਹੋਸਪਿਟਲ ਜਾਏਗਾ, ਅਗਰ ICU ਕੇਅਰ ਹੋਏਗਾ ਜਾਂ ਕੁਛ ਵੀ ਹੋਏਗਾ, ਉਹਦੇ ਪੈਸੇ ਲੱਗਣੇ ਆ, ਔਰ ਪੈਸੇ ਤੁਹਾਨੂੰ ਚੁੱਭਣੇ ਆ, ਉਹ ਇਸ ਕਰਕੇ ਚੁੱਭਣੇ ਆ, ਜਿਹੜੇ ਪੇਸ਼ੈਂਟਸ 15-16-17 ਹਜ਼ਾਰ ਦੀ ਇੰਸ਼ੋਰੈਂਸ ਸਾਲ ਦੀ ਨਹੀਂ ਕਰਾ ਪਾ ਰਿਹਾ ਆਪਣੀ ਹੈਲਥ ਪਿੱਛੇ, ਜਦੋਂ ਉਹਦਾ 1.5 ਲੱਖ ਰੁਪਇਆ ਹੋਸਪਿਟਲ 'ਚ ਲੱਗਣਾ, ਤੁਸੀਂ 10 ਟਾਈਮ ਤੁਹਾਨੂੰ ਫੀਲ ਹੋਣਾ ਕਿ ਮੈਂ ਕੀ ਕਰ ਲਿਆ। ਔਰ ਬੜੀ ਥਾਂ, ਮੈਂ ਡਾਕਟਰ ਸਾਹਿਬ ਦੀ ਗੱਲ 'ਚ ਐਡ ਔਨ ਕਰਾਂਗਾ, ਬੜੀ ਥਾਂ ਦੇਖੀਦਾ ਜਦੋਂ ਬਿਲਿੰਗ ਹੋਣੀ ਹੁੰਦੀ ਹੈ, ਫਿਰ ਸਿਫਾਰਸ਼ੀ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ, ਡਾਕਟਰ ਸਾਹਿਬ ਆਈ ਐਮ ਸੋ ਐਂਡ ਸੋ, ਇਹਨਾਂ ਦਾ ਬਿੱਲ ਇੰਨਾ ਘਟਾ ਦਿਓ। ਉਹ ਫਿਰ ਡਾਕਟਰ ਨੇ ਜਿਹਨੇ ਦਿਲੋਂ ਜਾਨ ਨਾਲ ਮਿਹਨਤ ਕਰਕੇ ਆਪਣੀ ਟੀਮ ਦੇ ਨਾਲ, ਹਰ ਸੈਟਅਪ ਦਾ ਖਰਚਾ, ਇਸ ਗੱਲ ਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ, ਭਾਵੇਂ ਲੈਬ ਹੈ, ਭਾਵੇਂ ਹੋਸਪਿਟਲ ਹੈ, ਸਟਾਫ ਰੱਖਣੇ ਪੈਂਦੇ ਹੈ, ਅਪ ਟੂ ਡੇਟ ਮਸ਼ੀਨਰੀ ਲਿਆਉਣੀ ਪੈਂਦੀ ਹੈ, ਕਿਉਂ ਡਾਕਟਰ ਸਾਹਿਬ? ਬਿਲਕੁਲ ਜੀ ਡਾਕਟਰ ਸਾਹਿਬ, ਐਡ ਕਰਦਾ ਜੀ ਤੁਹਾਡੀ, ਤੁਸੀਂ ਕੁਛ ਇੱਕ ਤੇ ਕਹਿ ਦਿੰਦੇ ਆ ਕਿ ਡਾਕਟਰ ਰੱਬ ਦਾ ਰੂਪ ਨੇ, ਅਸੀਂ ਵੀ ਤੁਹਾਡੇ ਵਿੱਚੋਂ ਹੀ ਹਾਂ, ਅਸੀਂ ਵੀ ਬੰਦੇ ਹੀ ਹਾਂ ਜੀ ਜੀ, ਜਿਹੜੇ ਥੋੜ੍ਹਾ ਮਿਹਨਤ ਕਰਕੇ ਅਸੀਂ ਡਾਕਟਰ ਬਣੇ, ਪੜ੍ਹਾਈਆਂ ਕੀਤੀਆਂ, ਬਾਕੀ ਗੌਰਮੈਂਟ ਨੇ ਸਾਨੂੰ, ਜੇ ਤੁਸੀਂ ਕਹਿੰਦੇ ਹੋ ਨਾ ਬਿਜ਼ਨਸਮੈਨ ਬਣਾ ਦਿੱਤਾ, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਸਾਨੂੰ ਪਾ ਦਿੱਤਾ, ਅਸੀਂ ਵੀ ਫਿਰ ਉਸੇ ਤਰ੍ਹਾਂ ਹੀ ਡਾਕਟਰ ਸਿਰੇ ਹਾਲੇ ਕਿ ਮੈਂ ਕੋਈ ਹੋਸਪਿਟਲ ਨਹੀਂ ਚਲਾ ਰਿਹਾ, ਮੈਂ ਲੈਬ ਚਲਾ ਲਿਆ, ਲੈਬ ਵੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 'ਚ ਆਉਂਦੀ ਹੈ, ਅਤੇ ਸਾਨੂੰ ਉਹਨਾਂ ਨੇ ਹੀ ਬਿਜ਼ਨਸਮੈਨ, ਗੌਰਮੈਂਟ ਨੇ ਹੀ ਕਰ ਦਿੱਤਾ ਕਿ ਤੁਸੀਂ ਬਿਜ਼ਨਸਮੈਨ ਹੋ, ਕੋਈ ਪ੍ਰੋਫੈਸ਼ਨਲ, ਕੋਈ ਰੱਬ ਦਾ ਰੂਪ ਨਹੀਂ ਹੈਗੇ, ਸਾਨੂੰ ਵੀ ਪੈਸੇ ਲੈਣੇ ਪੈਂਦੇ ਹੈ, ਅਤੇ ਜਦੋਂ ਇਹ ਸਾਰਾ ਹੀ ਇੰਨਾ ਵੱਡਾ ਸੈਟਅਪ ਚਲਾਉਣਾ, ਸੈਟਅਪ ਚਲਾਉਣਾ, ਪਹਿਲਾਂ ਸੈਟਅਪ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ ਕਿ ਇਹ ਸਟੰਟ ਪੈਣੇ ਆ ਜਾਂ ਕੁਛ ਹੋਰ ਹੁੰਦਾ ਹੈ, ਜੋੜ ਪੈਣੇ ਆ, ਪਹਿਲਾਂ ਲੋਕ ਨਾ ਇੰਨੇ MRI CT ਮਸ਼ੀਨਾਂ ਜਿਹੜੀਆਂ ਅਪਡੇਟ ਕਰਨੀਆਂ ਪੈਂਦੀਆਂ, ਉਹਨਾਂ ਨੂੰ ਅਪਡੇਟ ਰੱਖਣਾ, ਅਪ ਟੂ ਡੇਟ ਸਾਰਾ ਰੱਖਣਾ, ਰੀਸੈਂਟ ਮਸ਼ੀਨਰੀ ਲਿਆਉਣੀ, ਫਿਰ ਡਾਕਟਰ ਪ੍ਰੋਫੈਸ਼ਨਲ ਜਿਹੜੇ ਚੰਗੇ ਡਾਕਟਰ ਆ ਉਹਨਾਂ ਨੂੰ ਵੀ ਤੁਸੀਂ ਆਪਣੇ ਚੰਗੀ ਸੈਲਰੀ 'ਤੇ ਰੱਖਣਾ, ਟੀਮ ਵਰਕ ਬਣਾ, ਇਹ ਸਾਰਾ ਕੁਛ ਕਰਨ ਲਈ ਪੈਸੇ 'ਤੇ ਲੱਗਦੇ ਆ, ਅਤੇ ਪੈਸੇ ਖਰਚਾਂਗੇ
ਜੇ ਆਪਾਂ ਗੱਲ ਕਰੀਏ ਪਹਿਲਾਂ ਤਾਂ ਟ੍ਰੇਨ ਹੀ ਆ, ਦਿੱਲੀ ਨੂੰ ਜਾਣਾ ਹੋਵੇ ਅਤੇ ਇੱਕ ਟ੍ਰੇਨ 'ਤੇ 3 ਤਰ੍ਹਾਂ ਦੀਆਂ ਟਿਕਟਾਂ ਹੁੰਦੀਆਂ। ਬਿਲਕੁਲ ਠੀਕ ਨਾ, ਤੁਸੀਂ ਭੀੜ ਭੜੱਕੇ ਵਾਲੇ 'ਚ ਵੀ ਜਾ ਸਕਦੇ ਹੋ। ਮੈਂ ਤੁਹਾਡੀ ਗੱਲ ਨਾਲ ਹੀ ਜੁੜਾਂਗਾ, ਉਹ ਵੱਖ ਵੱਖ ਟਿਕਟਾਂ ਲਈ ਜਦੋਂ ਦਿੱਲੀ ਉਤਰਦੇ ਹਨ, ਜਿੰਨੇ ਜਿੰਨੀ ਟਿਕਟ ਖਰਚੀ ਹੁੰਦੀ, ਥਕਾਵਟ ਵੀ ਉਸ ਹਿਸਾਬ ਦੀ ਹੋ ਜਾਂਦੀ। ਡਾਕਟਰ ਮਲਹੋਤਰਾ ਵੀ ਹੈ ਕਿ ਕਰਨਗੇ, ਚੰਗੇ ਇਲਾਜ ਨਾਲ ਹੀ ਸਹੀ ਜ਼ਿੰਦਗੀ ਮਿਲਣੀ ਹੈ। ਜਿਵੇਂ ਮੈਂ ਆਉਂਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਡਾਕਟਰ ਮਲਹੋਤਰਾ ਵੀ ਐਗਰੀ ਕਰਨਗੇ ਵੀ ਐਕੂਰੇਟ ਟੈਸਟ, ਸਹੀ ਟੈਸਟ ਤਾਂ ਹੀ ਸਹੀ ਇਲਾਜ। ਇਲਾਜ ਹੋਣਾ ਹੋਵੇ ਮੇਰਾ, ਰਿਪੋਰਟ ਮੈਂ ਕਿਸੇ ਦੀ ਲੈ ਜਾਂ ਜਾਂ ਕਿਸੇ ਗਲਤ ਲੈਬ 'ਤੇ ਚਲਾ ਗਿਆ, ਅਤੇ ਡਾਕਟਰ ਸਾਹਿਬ ਨੂੰ ਇਨਵੈਸਟ ਉਹਦਾ ਤਾਂ ਡਾਇਗਨੋਸ ਕਰਦਿਆਂ ਮੇਰਾ ਖਿਆਲ ਆ ਬਹੁਤ ਟਾਈਮ ਲੱਗੇਗਾ। ਬਿਲਕੁਲ, ਹੁਣ ਇਹਨਾਂ ਦੀ ਸੈਟਿਸਫੈਕਸ਼ਨ ਹੀ ਹੋਏਗੀ ਕਿਉਂਕਿ ਇਹਨਾਂ ਦਾ ਪ੍ਰੋਫੈਸ਼ਨ ਹੈ, ਈਜ਼ਲੀ ਦੇ ਕਮ ਟੂ ਨੋ ਵੀ ਸਮਥਿੰਗ ਇਜ਼ ਲੈਕਿੰਗ ਇਨ ਦਿਸ ਰਿਪੋਰਟ। ਕਿਉਂ ਡਾਕਟਰ ਸਾਹਿਬ, ਜਿੰਨੀ ਦੇਰ ਤੱਕ ਸਾਨੂੰ ਰਿਪੋਰਟ 'ਤੇ ਵਿਸ਼ਵਾਸ ਨਹੀਂ ਹੋਏਗਾ, ਉਨੀ ਦੇਰ ਤੱਕ ਤੁਸੀਂ ਟੈਸਟ ਨਹੀਂ। ਸਾਨੂੰ ਵੀ ਹੈਵ ਟੂ ਹੈਵ ਫੇਥ ਇਨ ਯੂਅਰ ਲੈਬ, ਉਦੋਂ ਤੱਕ ਤੁਸੀਂ ਕਰ ਨਹੀਂ ਸਕਦੇ। ਦੋਸਤੋ, ਇੱਕ ਸੁਨੇਹਾ ਤਾਂ ਬਹੁਤ ਸੋਹਣਾ ਅੱਜ ਦੀ ਡਿਸਕਸ਼ਨ ਦੇ ਵਿੱਚ ਨਿਕਲਿਆ, ਜੇ ਜ਼ਰੂਰ ਖਰਚੇ ਲਓ। ਮੋਬਾਈਲ 1.25 ਲੱਖ ਦਾ ਲੈਣ ਲੱਗਿਆਂ, ਲੱਖ ਦਾ ਲੈਣ ਲੱਗਿਆਂ ਅਸੀਂ ਪਰਵਾਹ ਨਹੀਂ ਕਰਦੇ। ਡਿਨਰ ਖਾਣ ਜਾਂਦੇ ਹਾਂ ਬੱਚਿਆਂ ਦੇ ਨਾਲ, ਤਾਂ ਕੋਸ਼ਿਸ਼ ਹੁੰਦੀ ਹੈ ਵੀ ਰੈਸਟੋਰੈਂਟ ਵੱਡੇ ਤੋਂ ਵੱਡਾ ਹੋਟਲ ਲੱਭੀਏ ਜਿੱਥੇ ਪਤਾ ਲੱਗੇ ਵੀ ਪਰਿਵਾਰ ਆਪਣੀ ਫੈਮਿਲੀ ਨਾਲ ਆਏ ਹਾਂ। ਪਰ ਡਾਕਟਰ ਸਾਹਿਬ ਦੀ ਬਿਲਕੁਲ ਗੱਲ ਸਹੀ ਹੈ, ਜੇ ਸਾਲ ਦਾ ਕੁਛ ਅਮਾਊਂਟ ਖਰਚਿਆਂ ਅਸੀਂ ਆਪਣੀ ਲਾਈਫ, ਮੈਂ ਆਪਣੀ ਨਹੀਂ ਕਹਾਂਗਾ, ਪਰਿਵਾਰ ਦੀ ਲਾਈਫ ਨਾਲ ਸਿਕਿਓਰ ਹੁੰਦੀ ਹੈ। ਕਿਉਂਕਿ ਅਸੀਂ ਦੇਖਿਆ ਮਿਡਲ ਕਲਾਸ ਫੈਮਿਲੀ ਦੇ ਵਿੱਚ ਜਦ ਇੱਕ ਬੰਦਾ ਬਿਮਾਰ ਹੁੰਦਾ, ਹੋਸਪਿਟਲ ਚਲਾ ਜਾਂਦਾ, ਮਹੀਨਾ ਮਹੀਨਾ ਦਾਖਲ ਲੈਂਦਾ, ਫਾਈਨੈਂਸ਼ਲੀ ਜਿਹੜੇ ਕ੍ਰਾਈਸਿਸ ਆਉਂਦੇ ਹਨ ਘਰੇ ਬੈਠਿਆਂ, ਉਹ ਡਾਕਟਰ ਸਾਹਿਬ ਦੋਨੋਂ ਭਲੀਭਾਂ ਜਾਣੂ ਹੋਣਗੇ। ਔਰ ਜਦੋਂ ਪੇਮੈਂਟ ਜਮ੍ਹਾਂ ਕਰਾਉਣ ਦੀ ਹੁੰਦੀ ਹੈ ਤਾਂ ਹਰ ਪਰਿਵਾਰ ਦੀ ਆਰਥਿਕ ਵੱਖਰੀ ਮਜਬੂਰੀ ਹੁੰਦੀ ਹੈ। ਅਸੀਂ ਬਲੇਮ ਨਹੀਂ ਕਰਦੇ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਹੈ, ਅੱਜ ਜਿਹੜੀ ਸਾਡੀ ਲਿਵਿੰਗ ਹੈ ਉਹ ਇੰਨੀ ਐਕਸਪੈਂਸਿਵ ਹੋ ਗਈ ਹੈ, ਅਤੇ ਜਦੋਂ ਕੋਈ ਇਹਨੂੰ ਪੁਛਾਲ ਗਾਉਂਦਾ ਜ਼ਿੰਦਗੀ 'ਚ ਵੀ ਚੰਗਾ ਭਲਾ ਬੰਦਾ ਬੈਠਾ, ਇੱਕਦਮ ਪੈਰਾਲਾਈਜ਼ਡ ਅਟੈਕ ਹੋ ਗਿਆ, ਹਾਰਟ ਸਟ੍ਰੋਕ ਆ ਗਿਆ ਜੀ, ਬੰਦਾ ਸਿੱਧਾ ਜੀ ਕਲੋਟਸ ਆ ਗਿਆ, ਉਸ ਲਈ ਜਿਹੜਾ ਪਰਿਵਾਰ 'ਤੇ ਪਸੂੜੀ ਆਉਂਦੀ ਹੈ ਦੋਸਤੋ, ਉਹਦੇ ਬਾਰੇ ਅਲਰਟ ਹੋਣ ਦੀ ਲੋੜ ਹੈ। ਬਹੁਤ ਸੋਹਣੀ ਗੱਲ ਆਖੀ, ਔਰ ਮੈਂ ਇਹ ਮੇਰੀ ਵੀ ਨੌਲੇਜ 'ਚ ਵਾਧਾ ਹੋਇਆ ਵੀ ਅੱਜ ਦੇ ਜਿਹੜੇ ਇੰਸ਼ੋਰੈਂਸ ਹੈਗੀਆਂ ਮੈਡੀਕਲ, ਉਹਨਾਂ ਦੇ ਵਿੱਚ ਤੁਹਾਡੇ ਟੈਸਟ, ਓ ਪੀ ਡੀ ਐਂਡ ਆਫਟਰ ਟ੍ਰੀਟਮੈਂਟ, ਜਿਹੜੀ ਤੁਹਾਡਾ ਇਲਾਜ ਚੱਲਣਾ, ਤੁਹਾਡਾ ਰੂਟੀਨ ਚੈੱਕਅਪ ਹੋਣੇ ਆ, ਐਵਰੀ ਸਿੰਗਲ ਪੈਨੀ ਇਜ਼ ਪੇਡ ਬਾਈ ਦਾ ਇੰਸ਼ੋਰੈਂਸ ਕੰਪਨੀ। ਉਹ ਮੈਂ ਕਹਿੰਦਾ ਫਿਰ ਸਾਡੀ ਬਦਕਿਸਮਤੀ ਹੋਏਗੀ, ਅਸੀਂ ਮਨ 'ਚ ਕਿਉਂ ਡਾਕਟਰ ਸਾਹਿਬ ਇਹ ਸੋਚ ਲਈਏ ਵੀ ਇਹ 10,000 ਸਾਲ ਦਾ ਅਸੀਂ ਖਰਚਣਾ ਹੀ ਖਰਚਣਾ। ਮੈਂ ਤੁਹਾਡੀ ਗੱਲ 'ਚ ਐਡ ਕਰਨਾ ਚਾਹੁੰਦਾ, ਜੀ ਜੀ, ਇੱਥੇ ਬਹੁਤ ਘੱਟ ਫੈਮਿਲੀਜ਼ ਨੇ ਜਿਨ੍ਹਾਂ ਦੇ ਕੋਲ, ਜਿਨ੍ਹਾਂ ਨੇ ਕੋਈ ਹੈਲਥ ਬਜਟ ਰੱਖਿਆ ਹੁੰਦਾ। ਜੀ, ਸਿਨੇਮੇ ਜਾਣ ਲਈ ਬਜਟ ਹੈ, 250 ਦੀ ਟਿਕਟ ਹੈ ਮਿਲਦੀ, 150 ਦੀ। ਬਿਲਕੁਲ ਜੀ, ਡਿਨਰ ਕਰਦੇ ਆ, ਅਤੇ ਕਈ ਵਾਰ ਕਹਿੰਦੇ ਅਸੀਂ ਤਾਂ ਚੰਗੇ ਭਲੇ ਆ, ਆਪਣੀ ਗੱਡੀ ਦੀ ਉਹ 6 ਮਹੀਨਿਆਂ ਬਾਅਦ ਸਰਵਿਸ ਕਰਾਉਣੀ ਕਰਾਉਣੀ ਹੈ, ਗੱਡੀ ਚੰਗੀ ਭਲੀ ਚੱਲ ਰਹੀ ਹੈ, ਤੇਲ ਵੀ ਚੇਂਜ ਕਰਾਉਣੇ, ਉਹ ਤੇਲ ਵੀ ਚੇਂਜ ਕਰਾਉਣਾ, ਇੰਸ਼ੋਰੈਂਸ ਵੀ ਲਗਾਤਾਰ ਕਰਾਉਣੀ ਉਹਦੀ ਸਾਲ, ਗੱਡੀ ਦਾ ਕੋਈ ਲਿਹਾਜ਼ ਨਹੀਂ, ਉਹਦੇ 'ਤੇ ਕੋਈ ਕੰਪਰੋਮਾਈਜ਼ ਨਹੀਂ, ਪਰ ਆਪਣੀ ਸਿਹਤ ਜਦੋਂ ਉਹ ਯਾਰ ਚੰਗੇ ਭਲੇ ਆ, ਕੀ ਕਹਦੇ ਲਈ ਟੈਸਟ ਕਰਾਉਣਾ, ਉਹ ਫਿਰ ਪਤਾ ਹੀ ਉਦੋਂ ਲੱਗਦਾ ਜਦੋਂ ਡਾਕਟਰਾਂ ਦੇ ਹੱਥੋਂ ਵੀ ਗੱਲ ਨਿਕਲ ਚੁੱਕੀ ਹੁੰਦੀ ਹੈ। ਇਸ ਕਰਕੇ ਆਪਣੇ ਟੈਸਟ ਜਿਹੜੇ ਆ ਉਹ ਰੈਗੂਲਰਲੀ ਕਰਾਉਂਦੇ ਰਹੋ, ਡਾਕਟਰ ਦੇ ਕੋਲ ਜਾਂਦੇ ਰਹੋ, ਸਲਾਹ ਡਾਕਟਰ ਦੀ ਲਓ, ਚੰਗਾ ਖਾਣਾ ਖਾਓ, ਐਕਸਰਸਾਈਜ਼ ਕਰੋ, ਔਰ ਆਪਣੇ ਆਪ ਨੂੰ ਤੰਦਰੁਸਤ ਰੱਖੋ। ਦੋਸਤੋ, ਅਸੀਂ ਦੋਨੋਂ ਹੀ ਮਹਿਮਾਨਾਂ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਆਪਣੇ ਰੁਚੇਵਿਆਂ 'ਚੋਂ ਟਾਈਮ ਕੱਢ ਕੇ ਆਏ, ਔਰ ਕਿਉਂਕਿ ਪ੍ਰੋਗਰਾਮ ਸਮਾਪਤੀ ਵਾਲਾ, ਅਤੇ ਮੈਂ ਚਾਹਾਂਗਾ ਹੈਲਦੀ ਟਿਪਸ ਦੋਨਾਂ ਵੱਲੋਂ ਤੁਹਾਨੂੰ ਦਿੱਤੀਆਂ ਜਾਣ। ਪਹਿਲਾਂ ਡਾਕਟਰ ਮਲਹੋਤਰਾ, ਹਾਊ ਟੂ ਬੀ ਹੈਲਦੀ, ਆਪਾਂ ਜੇ 2-3 ਲਾਈਨਾਂ 'ਚ ਲੋਕਾਂ ਨੂੰ ਸੁਨੇਹਾ ਦੇਣਾ ਹੋਵੇ। ਸਵੇਰੇ ਬਿਸਤਰ 'ਚੋਂ ਨਿਕਲੋ ਔਰ ਐਕਸਰਸਾਈਜ਼ ਵਾਸਤੇ ਜਾਓ, ਚਾਹੇ ਉਹ ਵਾਕ ਹੈ, ਚਾਹੇ ਉਹ ਜਿਮ ਹੈ, ਵਟ ਐਵਰ ਯੂ ਵਾਂਟ, ਜਿੱਦਾਂ ਵੀ ਤੁਹਾਨੂੰ ਲੱਗਦਾ ਠੀਕ, ਉਸ ਤਰ੍ਹਾਂ ਦਾ ਐਕਸਰਸਾਈਜ਼ ਕਰਨੀ ਪਹੁੰਚ, ਬੋਡੀ ਮੂਵਮੈਂਟ, ਸੈਕਿੰਡ ਆਪਣਾ ਵੇਟ ਕੰਟਰੋਲ ਕਰਕੇ ਰੱਖੋ, ਤੀਸਰੇ ਆਪਣੀ ਡਾਇਟ ਕੰਟਰੋਲ ਕਰੋ, ਆਪਣੀ ਰੈਗੂਲਰ ਇਨਵੈਸਟੀਗੇਸ਼ਨ ਕਰਾਓ ਅਤੇ ਡਾਕਟਰ ਨੂੰ ਰੈਗੂਲਰ ਚੈੱਕ ਕਰਾਓ। ਔਰ ਇੰਸ਼ੋਰੈਂਸ ਬਾਰੇ ਆਪਣੀ ਇੰਸ਼ੋਰੈਂਸ ਕਰਾ ਕੇ ਰੱਖੋ, ਬੜੀ ਇੰਪੋਰਟੈਂਟ ਹੈ, ਤਾਂ ਕਿ ਤੁਹਾਡਾ ਡਾਕਟਰ ਨਾਲ ਵੀ ਰਿਲੇਸ਼ਨ ਬਣਿਆ ਰਹੇ, ਤੁਸੀਂ ਜਿਹੜੇ ਮਰਜ਼ੀ ਹੋਸਪਿਟਲ ਜਾ ਕੇ ਆਪਣਾ ਪ੍ਰੋਪਰ ਇਲਾਜ ਕਰਾ ਸਕੋ,
ਔਰ ਪਰਿਵਾਰ 'ਤੇ ਵੀ ਬੋਝ ਨਾ ਪਵੇ। ਬਿਲਕੁਲ, ਪਰਿਵਾਰ ਨੂੰ ਇੰਝ ਨਾ ਲੱਗੇ ਵੀ ਇਹ ਘਰ ਦਾ ਜੀਕ ਚਲਾ ਜਾਏ, ਅਸੀਂ ਤਾਂ ਸਾਰੇ ਹੀ ਮਾਰੇਗੇ। ਕਈ ਪਰਿਵਾਰ ਇਹੋ ਜਿਹੇ ਵੀ ਹੈ ਜਿੱਥੇ ਆਪਸੀ ਕਮਿਊਨੀਕੇਸ਼ਨ ਦੀ ਬਹੁਤ ਗੈਪ ਹੈ, ਰਿਸ਼ਤਿਆਂ 'ਚ ਘਾਟ ਆਈ ਹੈ, ਨੇੜਤਾ ਘਟਦੀ ਜਾ ਰਹੀ ਹੈ। ਜਦ ਇੱਕ ਜੀ ਜਾਂਦਾ ਤਾਂ ਦੂਜੇ ਕਹਿੰਦੇ ਆਹ ਕਿਹੜਾ ਵਕਤ ਪੈ ਗਏ ਘਰ 'ਚ, ਚੰਗਾ ਭਲਾ ਬਾਪੂ ਘਰੇ ਹੁੰਦਾ ਸੀ, ਆਹ ਕਿਹੜੀ ਲੀਲਾ ਪੈ ਗਈ ਹੈ। ਇਹਨਾਂ ਚੀਜ਼ਾਂ ਤੋਂ ਬਚੀਏ। ਡਾਕਟਰ ਸਾਹਿਬ ਸੇਮ ਕੁਐਸਚਨ, ਹਾਊ ਟੂ ਬੀ ਹੈਲਦੀ? ਡਾਕਟਰ ਸਾਹਿਬ ਨੇ ਕਾਫੀ ਕੁਛ ਦੱਸ ਦਿੱਤਾ ਹੈ। ਧੁੱਪ ਸੇਕੋ, ਜਿਸ ਤਰ੍ਹਾਂ ਕਿ ਵਿਟਾਮਿਨ ਡੀ, ਅੱਜ ਕੱਲ੍ਹ ਜ਼ਿਆਦਾ ਅਸੀਂ ਏ ਸੀ 'ਚ ਰਹਿੰਦੇ ਹਾਂ, ਵਿਟਾਮਿਨ ਡੀ 97% ਧੁੱਪ ਤੋਂ ਮਿਲਦਾ ਹੈ। ਚੰਗੇ ਵਾਤਾਵਰਨ 'ਚ ਸ਼ੁੱਧ ਹਵਾ, ਕਿਤੇ ਬੂਟੇ ਵੀ ਘੱਟ ਰਹੇ ਨੇ, ਵਾਤਾਵਰਨ ਵੀ ਪ੍ਰਦੂਸ਼ਣ ਹੋ ਰਿਹਾ ਜ਼ਿਆਦਾ ਅਤੇ ਪ੍ਰਦੂਸ਼ਿਤ ਹੋ ਰਿਹਾ। ਸੈਰ ਕਿਤੇ ਚੰਗੀ ਥਾਂ 'ਤੇ ਕਰੋ, ਆਪਣੇ ਆਪ ਨੂੰ ਖੁਸ਼ ਰੱਖੋ, ਟੈਸਟ ਵੀ ਕਰਾਓ ਅਤੇ ਟੈਸਟ ਵੀ ਕਰਾਓ, ਇਹ ਰੈਗੂਲਰਲੀ ਟੈਸਟ ਕਰਾਉਂਦੇ ਰਹੋ ਜਿੰਨਾ ਕੁ ਅਫੋਰਡ ਕਰ ਸਕਦੇ ਹੋ। ਜੇ ਬਿਲਕੁਲ ਗਰੀਬ ਬੰਦਾ ਹੈ, ਉਹ ਅੱਜ ਕੱਲ੍ਹ ਸਰਕਾਰ ਨੇ ਵੀ ਟੈਸਟ ਫਰੀ ਕੀਤੇ ਆ, ਉੱਥੋਂ ਸਰਕਾਰੀ ਤੋਂ ਜਾ ਕੇ ਆਪਣੇ ਕਰਾ ਸਕਦਾ ਹੈ। ਜੀ 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 ਦੋਸਤੋ, ਸਾਰੇ ਆਪਣੇ ਆਪ ਨੂੰ ਖੁਸ਼ ਰੱਖੋ ਅਤੇ ਆਪਣੀ ਹੈਲਥ ਦੇ ਵਿੱਚ ਇਨਵੈਸਟ ਕਰੋ, ਉਹ ਐਕਸਰਸਾਈਜ਼ ਕਰਕੇ ਕਰੋ, ਟੈਸਟ ਕਰਾ ਕੇ ਕਰੋ ਅਤੇ ਚੰਗਾ ਖਾਣਾ ਖਾ ਕੇ ਕਰੋ, ਚੰਗਾ ਆਪਣੇ ਸਿਹਤ ਦੀਆਂ ਜਿਹੜੀਆਂ ਆਪਣੀਆਂ ਆਦਤਾਂ ਉਹਨਾਂ ਨੂੰ ਚੰਗਾ ਰੱਖੋ। ਦੋਸਤੋ, ਸਾਡਾ ਉੱਦਮ ਜਿਹੜਾ ਉਪਰਾਲਾ, ਇਸ ਦਾ ਤਾਂ ਹੀ ਫਾਇਦਾ ਹੈ ਜੇ ਤੁਸੀਂ ਘਰਾਂ ਦੇ ਵਿੱਚ ਬੈਠੇ ਸਾਡੀਆਂ ਗੱਲਾਂ 'ਤੇ ਕੁਛ ਗੌਰ ਕਰੋ। ਔਰ ਮੈਂ ਆਸ ਕਰਦਾ ਹਾਂ ਇੰਸ਼ੋਰੈਂਸ ਜਿਨ੍ਹਾਂ ਨੇ ਨਹੀਂ ਕਰਵਾਈ, ਯੂ ਹੈਵ ਟੂ ਡਿਸਾਈਡ, ਕਿਉਂਕਿ ਵੀ ਆਰ ਨੋਟ ਹੇਅਰ ਟੂ ਪ੍ਰਮੋਟ ਐਨੀ ਪਰਟੀਕੁਲਰ ਮੈਡੀਕਲ ਇੰਸ਼ੋਰੈਂਸ। ਲੈਟ ਇਟ ਬੀ ਯੋਰ ਵੇ, ਯੋਰ ਵਿਲ, ਯੋਰ ਬਜਟ। ਪਰ ਦੋਸਤੋ, ਡਾਕਟਰ ਸਾਹਿਬ ਦੀ ਗੱਲ ਬੜੀ ਸੋਹਣੀ ਸੀ, ਖਰਚ ਕਰਨ ਲੱਗਿਆਂ ਪਰਵਾਹ ਨਹੀਂ ਕਰੀਦੀ, ਵਿਆਹ ਕਰਨ ਲੱਗਿਆਂ ਪਰਵਾਹ ਨਹੀਂ ਕਰੀਦੀ। ਦੂਜੇ ਪੱਖੋਂ ਸਭ ਤੋਂ ਵੱਡਾ ਖਜ਼ਾਨਾ, ਮੈਂ ਤਾਂ ਅਕਸਰ ਜਦੋਂ ਐਡ ਵੀ ਡੱਬ ਕਰਨਾ, ਮੈਂ ਕਹਿੰਦਾ ਹੁੰਦਾ ਸਿਹਤ ਸਾਡਾ ਵਡਮੁੱਲਾ ਖਜ਼ਾਨਾ, ਆਓ ਇਸ ਦੀ ਸਾਂਭ ਸੰਭਾਲ ਕਰੀਏ। ਡਾਕਟਰ ਸਾਹਿਬ, ਜਾਂਦੇ ਜਾਂਦੇ ਮੈਂ ਇੱਕ ਮੇਰੇ ਮਨ 'ਚ ਕੁਐਸਚਨ ਆਇਆ, ਜਿਹੜਾ ਡਾਇਬਟਿਕ ਬੰਦਾ, ਉਹਨੂੰ ਆਹ ਡਿਨਰ ਟਾਈਮ ਕੀ ਹੈ ਐਗਜੈਕਟ? 7 ਵਜੇ। ਆਮ ਦੇਖਿਆ ਵੀ ਸਾਡੀ ਰੂਟੀਨ ਲਾਈਫ ਦੇ ਵਿੱਚ ਅਸੀਂ ਸੋਚਦੇ ਨਹੀਂ ਵੀ ਮੈਨੂੰ ਸ਼ੂਗਰ ਹੈ, ਰਾਤੀ 10 ਵਜੇ ਖਾਣਾ ਖਾ ਲੈਂਦੇ ਹਾਂ, 10:15 ਸੋ ਜਾਂਦੇ ਹਾਂ। ਮੇਰੇ ਖਿਆਲ ਸਭ ਤੋਂ ਵੱਡਾ ਡੇਂਜਰ ਹੈ, ਸਭ ਤੋਂ ਵੱਡਾ ਡੇਂਜਰ ਹੈ, ਬਿਕੋਜ਼ ਡਾਈਜੈਸਟਿਵ ਸਿਸਟਮ ਉਹਨਾਂ ਡਾਈਜੈਸਟ ਹੁੰਦਾ ਨਹੀਂ ਹੈ, ਉਹ ਫਿਰ ਸਾਰੇ ਕਾਰਬੋਹਾਈਡਰੇਟ ਤੁਹਾਡੇ ਸ਼ੂਗਰ 'ਚ ਬਦਲਦੇ ਹੈ ਜੀ, ਅਤੇ ਅਲਟੀਮੇਟਲੀ ਸ਼ੂਗਰ ਦਾ ਲੈਵਲ ਵੱਧ ਜਾਂਦਾ। ਲਓ ਦੋਸਤੋ, ਜਿਹੜੇ ਮੇਰੇ ਵੀ ਡਾਇਬਟਿਕ ਹਨ, ਜਿਹੜੀਆਂ ਭੈਣਾਂ ਡਾਇਬਟਿਕ ਹਨ, ਬਹੁਤ ਲੋੜ ਜੇ ਸ਼ੂਗਰ ਇੱਕ ਮੈਂ ਕਹਾਂਗਾ ਲਾਹਨਤ ਸਰੀਰ ਆ, ਕਿਉਂਕਿ ਆਮ ਇੱਕ ਗੱਲ ਮੰਨੀ ਜਾਂਦੀ ਵੀ ਸ਼ੂਗਰ ਜਿਸ ਬੰਦੇ ਨੂੰ ਹੁੰਦੀ ਹੈ ਔਰ ਉਸਦੀ ਸਾਂਭ ਸੰਭਾਲ ਨਹੀਂ ਹੁੰਦੀ, ਅਤੇ ਇਹ ਕੋਈ ਨਾ ਕੋਈ ਬਾਡੀ ਦਾ ਅੰਗ ਵੀ ਲੈ ਜਾਂਦੀ ਹੈ। ਡਾਕਟਰ ਸਾਹਿਬ ਵੀ ਐਗਰੀ ਕਰਨਗੇ, ਆਓ ਬੱਚੀਏ। ਆਮ ਦੇਖਣ 'ਚ ਆਉਂਦਾ ਜਦੋਂ ਸ਼ੂਗਰ ਦਾ ਮਰੀਜ਼ ਕਿਸੇ ਨੂੰ ਕਹਿੰਦਾ ਨਾ ਭਾਅ ਜੀ ਮੈਂ ਚਾਹ ਫਿੱਕੀ ਪੀਆਂ ਦਾ, ਤਾਂ ਅੱਗੋਂ ਬੜੇ ਪਿਆਰ ਦੇ ਨਾਲ ਉਹ ਕਹਿੰਦਾ ਭਾਅ ਜੀ ਇੰਨਾ ਕੁ ਮਿੱਠਾ ਪਾਇਆ, ਪਰ 200 ਕਿਡਨੀਆਂ ਵੀ ਇਹ ਛੋਟੀਆਂ ਛੋਟੀਆਂ ਹੀ ਹੁੰਦੀਆਂ, ਔਰਗਨ ਵੀ ਕੋਈ ਵੱਡੇ ਵੱਡੇ ਨਹੀਂ ਜੇ ਹੁੰਦੇ। ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਡਾਕਟਰ ਜਤਿੰਦਰ ਮਹਲੋਤਰਾ ਜੀ ਦਾ, ਡਾਕਟਰ ਕਰਮਜੀਤ ਸਿੰਘ ਜੀ ਦਾ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਸਟੂਡੀਓ 'ਚ ਆਏ। ਦੋਸਤੋ, ਮੈਂ ਫਿਰ ਕਹਿ ਰਿਹਾ ਜੇ ਸਾਂਭ ਸੰਭਾਲ ਇਸ ਵਾਰ ਅੰਮ੍ਰਿਤਸਰ ਸ਼ਹਿਰ ਦੀ ਨਹੀਂ, ਸਾਂਭ ਸੰਭਾਲ ਤੁਹਾਡੀ ਆਪਣੀ, ਸਾਂਭ ਸੰਭਾਲ ਆਪਣੀ ਸਿਹਤ ਦੀ, ਸਾਂਭ ਸੰਭਾਲ ਆਪਣੇ ਪਰਿਵਾਰ ਦੀ। ਆਪ ਸਿਹਤਮੰਦ ਹੋਵਾਂਗੇ, ਪਰਿਵਾਰ ਖੁਸ਼ਹਾਲ ਰਹੇਗਾ, ਪਰਿਵਾਰ ਸਿਹਤਮੰਦ ਰਹੇਗਾ। ਇੱਕ ਵਾਰ ਫਿਰ ਤੁਹਾਡਾ ਮਹਿਮਾਨਾਂ ਦਾ ਧੰਨਵਾਦ ਜੀ। ਹੁਣ ਸਾਨੂੰ ਸਾਰਿਆਂ ਨੂੰ ਆਗਿਆ ਦਿਓ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।